ਜਿੱਥੇ ਬਿਹਾਰ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਸ਼ਰਾਬ 'ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ, ਉੱਥੇ ਹੀ ਪੰਜਾਬ ਵਿੱਚ ਕਲੋਨੀਆਂ ਦੇ ਨਜ਼ਦੀਕ ਵੀ ਸ਼ਰਾਬ ਦੇ ਠੇਕੇ ਧੜਾ ਧੜ ਖੋਲ੍ਹੇ ਜਾ ਰਹੇ ਹਨ। ਮਾਮਲਾ ਸੰਗਰੂਰ ਦੀ ਇੱਕ ਪੌਸ਼ ਕਲੋਨੀ ਦਾ ਹੈ, ਜਿੱਥੇ ਦੇ ਲੋਕਾਂ ਵੱਲੋਂ ਸੜਕ ਜਾਮ ਕਰਕੇ ਕਲੋਨੀ 'ਚ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਪਟਿਆਲਾ ਧੂਰੀ ਬਾਈਪਾਸ ਦੇ ਨਨਕਾਣਾ ਚੌਂਕ ਦੀ ਆਫਿਸਰ ਕਲੋਨੀ ਦੇ ਸਾਹਮਣੇ ਖੁੱਲ੍ਹੇ ਸ਼ਰਾਬ ਦੇ ਠੇਕੇ ਤੋਂ ਇੱਥੇ ਰਹਿਣ ਵਾਲੇ ਲੋਕ ਖਾਸਾ ਪਰੇਸ਼ਾਨ ਸਨ, ਜਿਸ ਕਰਕੇ ਲੋਕਾਂ ਨੂੰ ਰੋਡ ਜਾਮ ਕਰਕੇ ਪ੍ਰਦਰਸ਼ਨ ਕਰਨਾ ਪਿਆ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਠੇਕਾ ਖੁੱਲ੍ਹਣ ਨਾਲ ਨੌਜਵਾਨਾਂ ਅਤੇ ਬੱਚਿਆਂ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਉਹਨਾਂ ਮੰਗ ਕੀਤੀ ਹੈ ਕਿ ਸ਼ਰਾਬ ਦੇ ਠੇਕੇ ਨੂੰ ਹਟਾਇਆ ਜਾਵੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਦੇਖੋ ਸਖ਼ਤ ਹਦਾਇਤਾਂ ਨੇ ਕਿ ਜਿੰਨੇ ਫ੍ਰੀ ਵੇ ਨੇ ਜਾਂ ਜਿੱਥੇ ਰੈਜੀਡੈਂਸ਼ੀਅਲ ਏਰੀਏ ਨੇ ਉੱਥੇ ਸ਼ਰਾਬ ਦੇ ਠੇਕੇ ਜਿਹੜੇ ਨੇ ਉਹ ਸਰਕਾਰ ਨਹੀਂ ਖੋਲੂਗੀ। ਲੇਕਿਨ ਇਹ ਜਿਹੜਾ ਇੱਕ ਠੇਕਾ ਅਤੇ ਹਾਤਾ ਜਿਹੜਾ ਹੈ ਇਹ ਬਿਲਕੁਲ ਇੱਕ ਨਜਾਇਜ਼ ਢੰਗ ਦੇ ਨਾਲ ਜਿੱਥੇ ਆਫਿਸਰ ਕਲੋਨੀ ਦੀਆਂ ਲੜਕੀਆਂ ਜਿੱਥੇ ਬੱਚੇ ਸਕੂਲ ਜਾਂਦੇ ਨੇ ਇੱਥੇ ਇਹਦੇ ਸਾਹਮਣੇ ਬੱਸਾਂ ਖੜ੍ਹਦੀਆਂ ਨੇ ਸਾਡੀਆਂ, ਸਕੂਲ ਦੇ ਵਿੱਚੋਂ ਬੱਚੇ ਉਤਰਦੇ ਨੇ, ਲੇਡੀਜ਼ ਨੇ। ਸੋ ਇਹਦਾ ਬੜਾ ਮਾੜਾ ਪ੍ਰਭਾਵ ਜਿਹੜਾ ਹੈ ਇੱਕ ਆਫਿਸਰ ਕਲੋਨੀ ਇੱਕ ਵਨ ਆਫ ਦਾ ਬੈਸਟ ਆਫ ਦਾ ਕਲੋਨੀ ਆਫ ਦਾ ਸੰਗਰੂਰ, ਸੋ ਇੱਥੇ ਬੱਚਿਆਂ 'ਤੇ ਲੜਕੀਆਂ 'ਤੇ ਲੇਡੀ 'ਤੇ ਬੁਰਾ ਪ੍ਰਭਾਵ ਪੈਣਾ। ਅਸੀਂ ਮਾਲਕ ਨਾਲ ਗੱਲ ਕਰੀ ਹੈ ਲੇਕਿਨ ਉਹ ਕੋਈ ਸਾਨੂੰ ਸਹੀ ਰਸਤਾ ਨਹੀਂ, ਅੱਜ 10 ਵਜੇ ਦਾ ਸਾਨੂੰ ਟਾਈਮ ਦਿੱਤਾ ਸੀਗਾ ਉਹ ਜਿਹੜਾ ਹੈ ਸਾਨੂੰ ਕੋਆਪਰੇਟ ਨਹੀਂ ਕਰ ਰਹੇ। ਸੋ ਇਹ ਆਫਿਸਰ ਕਲੋਨੀ ਦਾ ਸਾਡੀ ਮਗਵਾਲ ਵੀ ਪੰਚਾਇਤ ਹੈ, ਪੰਚਾਇਤ ਸਾਡੇ ਨਾਲ ਹੈ, ਸਾਡੀ ਕਲੋਨੀ ਦੀ ਯੂਨਿਟੀ ਹੈ। ਅਸੀਂ ਉਹਨਾਂ ਚਿਰ ਇਹ ਧਰਨਾ ਨਹੀਂ ਚੱਕਣ ਲੱਗੇ ਜਿੰਨਾ ਚਿਰ ਇਹ ਠੇਕਾ ਅਤੇ ਹਾਤਾ ਇੱਥੋਂ ਨਹੀਂ ਚੱਕਿਆ ਜਾਂਦਾ। ਸੰਗਰੂਰ ਤੋਂ ਅਨਿਲ ਜੈਨ, ਖਬਰ ਹਰਪਲ, ਇੰਡੀਆ।